ਦੋਸਤੋ, ਅਸੀਂ ਅੱਜ ਉਸ ਸਥਾਨ ਦੇ ਉੱਤੇ ਖੜ੍ਹੇ ਹਾਂ ਜਿਸ ਜਗ੍ਹਾ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਮੁਕੰਮਲ ਜਹਾਨ, ਅਤੇ ਜੇਕਰ ਲੰਬੀ ਦੂਰੀ ਤੱਕ ਇਸ ਜਗ੍ਹਾ ਦੇ ਉੱਤੇ ਅਸੀਂ ਇੱਕ ਨਜ਼ਰ ਮਾਰੀਏ ਤਾਂ ਉਸ ਗੱਲ ਦੇ ਵਿੱਚ ਇਹ ਗੱਲ ਆਪਣੇ ਆਪ ਦੇ ਵਿੱਚ ਭਾਂਪ ਜਾਂਦੀ ਹੈ ਕਿ ਬਜ਼ੁਰਗ ਬਜ਼ੁਰਗ ਹੁੰਦੇ ਨੇ, ਬਜ਼ੁਰਗਾਂ ਨੇ ਉਹ ਕਰ ਵਿਖਾਇਆ ਜੋ ਮੈਂ ਸਮਝਦਾ ਕਿ ਅਸੀਂ ਸਾਰੇ ਰਲ ਕੇ ਨਹੀਂ ਕਰ ਪਾਉਂਦੇ। ਪਰ ਜੇਕਰ ਬਜ਼ੁਰਗ ਹਿੰਮਤ ਕਰਦੇ ਨੇ ਤਾਂ ਉਸ ਗੱਲ ਦੇ ਵਿੱਚ ਨੌਜਵਾਨ ਸਾਥੀ ਸੱਜਣ ਵੀ ਕੋਈ ਘੱਟ ਯੋਗਦਾਨ ਜਿਹੜਾ ਉਹ ਨਹੀਂ ਪਾਉਂਦੇ। ਇਹ ਜਗ੍ਹਾ, ਜਿਸ ਜਗ੍ਹਾ ਦੇ ਉੱਤੇ ਮੈਂ ਖੜੋਤਾ, ਇਸ ਜਗ੍ਹਾ ਨੂੰ ਅੱਖੜ ਧਰਤੀ ਕਿਹਾ ਜਾਂਦਾ ਸੀ ਔਰ ਇਸ ਦੇ ਵਿੱਚ ਇੱਕ ਬਹੁਤ ਵੱਡੀ ਬਿਲਡਿੰਗ ਹੈ ਔਰ ਬਿਲਡਿੰਗ ਦੇ ਵਿੱਚ ਮੈਂ ਸਮਝਾਂਗਾ ਕਿ ਬਿਲਡਿੰਗ ਦੇ ਵਿੱਚ ਵੀ ਉਸ ਵੇਲੇ ਪੈਰ ਰੱਖਿਆ ਜਾਂਦਾ ਜਿਸ ਵੇਲੇ ਅਸੀਂ ਇਹ ਸਾਫ਼ ਸੁਥਰੀ ਹੋਵੇ। ਬਿਲਡਿੰਗ ਵੱਲ ਨੂੰ ਵੀ ਮੂੰਹ ਨਹੀਂ ਸੀ ਕੀਤਾ ਜਾਂਦਾ। ਪਰ ਅੱਜ ਦੀ ਤਰੀਕ ਦੇ ਵਿੱਚ ਮੈਂ ਇਹ ਸਮਝਾਂਗਾ ਕਿ ਮੈਂ ਔਰ ਦੀਪਕ ਇਸ ਧਰਤੀ ਦੇ ਉੱਤੇ ਆਏ ਔਰ ਜਦੋਂ ਦੇਖਿਆ ਕਿ 3 ਟਰੈਕਟਰ ਲੱਗੇ ਹੋਏ ਨੇ, ਬੱਚਿਆਂ ਨੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਗੱਲ ਕੀਤੀ ਕਿ ਇਸ ਜਗ੍ਹਾ ਨੂੰ ਸਾਫ਼ ਸੁਥਰਾ ਕੀਤਾ ਜਾਵੇ। ਇਹ ਇੰਡੀਅਨ ਐਪਲਸ ਦੀ ਉਹ ਇੰਡੀਆਨਾ ਅਮੈਰੀਕਨ ਸੀਨੀਅਰ ਸਿਟੀਜ਼ਨ ਦੇ ਨਾਮ ਦੀ ਉਹ ਸੰਸਥਾ ਹੈ ਜਿੱਥੇ ਇੱਕ ਏਕੜਾਂ ਦੀ ਜਗ੍ਹਾ ਦੇ ਵਿੱਚ ਹੀ ਥਾਂ ਲੈ ਲਿਆ ਗਿਆ, ਜਿੱਥੇ ਏਕੜਾਂ ਦੀ ਜਗ੍ਹਾ ਦੇ ਵਿੱਚ ਹੀ ਇਸ ਦੇ ਉੱਤੇ ਕੁਛ ਸੁਪਨੇ ਜਿਹੜੇ ਨੇ ਉਹ ਸਜਾਏ ਗਏ ਆ। ਹੋ ਸਕਦਾ ਇਹਨਾਂ ਸੁਪਨਿਆਂ ਦੇ ਵਿੱਚ ਇੱਥੇ ਗਰਾਊਂਡ ਹੋਵੇ, ਹੋ ਸਕਦਾ ਇਹਨਾਂ ਸੁਪਨਿਆਂ ਦੇ ਵਿੱਚ ਇੱਥੇ ਇੱਕ ਵੱਡਾ ਹਾਲ ਹੋਵੇ, ਹੋ ਸਕਦਾ ਕਿ ਇਹਨਾਂ ਸੁਪਨਿਆਂ ਦੇ ਵਿੱਚ ਇੱਕ ਇਹੋ ਜਿਹਾ ਸੁਪਨਾ ਹੋਵੇ ਕਿ ਸਾਡੇ ਪੰਜਾਬੀ ਇਕੱਠੇ ਹੋਣ, ਇੱਥੋਂ ਅਸੀਂ ਆਪਣੀਆਂ ਧੀਆਂ ਭੈਣਾਂ ਅਤੇ ਬੱਚਿਆਂ ਦੇ ਰਿਸ਼ਤਿਆਂ ਨੂੰ ਇੱਕ ਵੱਖਰੇ ਢੰਗ ਦੀ ਗਠੜੀ ਦੇ ਸਕੀਏ, ਇੱਕ ਇਸ ਢੰਗ ਦੇ ਰਿਸ਼ਤੇ ਸੰਜੋ ਸਕੀਏ ਕਿ ਮੈਂ ਸਮਝਾਂਗਾ ਕਿ ਜਿਨ੍ਹਾਂ ਨੂੰ ਸ਼ਬਦ ਨਾ ਮਿਲਣ, ਇਸ ਦਾ ਇੱਕ ਵੱਖਰਾ ਗੇਟ ਹੈ ਔਰ ਇਹ ਕਮਿਊਨਿਟੀ ਦੇ ਨਾਲ ਲੱਗਦੀ ਜਗ੍ਹਾ। ਸੱਭਿਆਚਾਰਕ ਮੇਲੇ ਕਰਨੇ ਹੋਣ ਜਾਂ ਤੀਆਂ ਦੇ ਤਰੰਜਣ ਲਾਉਣੇ ਹੋਣ ਜਾਂ ਫਿਰ ਕੋਈ ਵੀ ਪ੍ਰੋਗਰਾਮ ਕਰਨਾ ਹੋਵੇ ਤਾਂ ਇਹ ਖੁੱਲ੍ਹੀ ਡੁੱਲੀ ਜਗ੍ਹਾ ਜਿਹੜੀ ਹੈ ਇਹ ਇੱਕ ਭਾਵਨਾਵਾਂ ਦਾ ਪ੍ਰਤੀਕ ਹੈ, ਇਹ ਬਜ਼ੁਰਗਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੈ ਕਿ ਜਿੱਥੇ ਸੀਨੀਅਰ ਸਿਟੀਜ਼ਨ ਲੋਕਾਂ ਨੇ ਤਿਲ ਫੁੱਲ ਇਕੱਠਾ ਕਰਕੇ, ਮੈਂ ਸਮਝਾਂਗਾ ਜਿੱਥੇ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ, ਦਿਓਲ ਸਾਹਿਬ, ਕੁਲਾਰ ਸਾਹਿਬ, ਗਿੱਲ ਸਾਹਿਬ, ਸਾਰੇ ਲੋਕਾਂ ਨੇ ਮਿਲ ਮਿਲਾ ਕੇ ਇਹਦੇ ਵਿੱਚ ਇੱਕ ਵੱਖਰੀ ਵੱਖਰੀ ਯੋਗਦਾਨ ਪਾਇਆ। ਪਰ ਮਸਲਾ ਇਸ ਗੱਲ ਦਾ ਕਿ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਜਗ੍ਹਾ ਉਹਨਾਂ ਨੇ ਆਪਣੇ ਵਾਸਤੇ ਨਹੀਂ ਖਰੀਦੀ, ਬਜ਼ੁਰਗ ਅਸੀਂ ਵੀ ਹੋਣਾ, ਬਜ਼ੁਰਗ ਸਾਡੀਆਂ ਪੀੜ੍ਹੀਆਂ ਹੋਣੀਆਂ ਨੇ, ਬਜ਼ੁਰਗ ਅੱਗੇ ਤੋਂ ਅੱਗੇ ਸਾਡੇ ਬੱਚੇ ਵੀ ਹੋਣੇ ਹੈ। ਪਰ ਮਸਲਾ ਇਸ ਗੱਲ ਦਾ ਕਿ ਕੌਮ ਵਾਸਤੇ ਇੱਕ ਏਡੀ ਵੱਡੀ ਬਿਰਤ ਪਾ ਜਾਣੀ ਉਹ ਆਪਣੇ ਆਪ ਦੇ ਵਿੱਚ ਇੱਕ ਮੁਕਾਮ ਹੈ। ਅੱਜ ਦੀ ਤਰੀਕ ਦੇ ਵਿੱਚ ਇਹਨੂੰ ਇੰਨਾ ਸਾਫ਼ ਸੁਥਰਾ ਕੀਤਾ ਗਿਆ ਕਿ ਜਦੋਂ ਅਸੀਂ ਇਸ ਦੇ ਵਿੱਚ ਤੁਰਦੇ ਹਾਂ ਸਾਡੇ ਪੈਰਾਂ ਦੇ ਉੱਤੇ ਧੂੜ ਜੰਮਦੀ ਹੈ। ਪਰ ਮਸਲਾ ਇਸ ਗੱਲ ਦਾ, ਕੱਲ੍ਹ ਨੂੰ ਜਦੋਂ ਅਸੀਂ ਇਸ ਦੇ ਉੱਤੇ ਤੁਰਾਂਗੇ ਤਾਂ ਹਰਾ ਭਰਾ ਘਾਹ ਜਿਹੜਾ ਉਹ ਸਾਨੂੰ ਏਡੀ ਵੱਡੀ ਖੁਸ਼ੀ ਮਹਿਸੂਸ ਲੈ ਕੇ ਆਏਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਸ ਥਾਂ ਦੇ ਉੱਤੇ ਇੱਕ ਜ਼ਿੰਦਗੀ ਦੀ ਜ਼ੀਨਤ ਦਿਸੇਗੀ। ਉਹ ਅਸੀਂ ਆਪਣੇ ਆਪ ਦੇ ਵਿੱਚ ਮੈਂ ਸਮਝਾਂਗਾ ਕਿ ਮਹਿਸੂਸ ਵੀ ਕਰ ਸਕਦੇ ਹਾਂ ਔਰ ਆਪਣੇ ਦਿਲ ਦੇ ਵਿੱਚ ਗੱਲ ਵੀ ਕਰ ਸਕਦੇ ਹਾਂ। ਪਰ ਮਸਲਾ ਇਸ ਗੱਲ ਦਾ ਕਿ ਇਸ ਚੀਜ਼ ਦੇ ਪਿੱਛੇ ਭਾਵਨਾਵਾਂ ਜਿਹੜੀਆਂ ਨੇ ਉਹ ਸਾਡੇ ਬਜ਼ੁਰਗਾਂ ਦੀਆਂ ਨੇ, ਇਸ ਚੀਜ਼ ਦੇ ਪਿੱਛੇ ਭਾਵਨਾਵਾਂ ਸਾਡੇ ਪੁਰਖਿਆਂ ਦੀਆਂ ਨੇ। ਅਮਰੀਕਾ ਦੇ ਵਿੱਚ ਇੱਕ ਇਹੋ ਜਿਹੀ ਥਾਂ ਹੁੰਦੀ ਹੈ ਕਿ ਤੁਹਾਡੇ ਪੁਰਖੇ ਤੁਹਾਨੂੰ ਕੀ ਦੇ ਕੇ ਗਏ। ਇੰਡੀਅਨ ਐਪਲਸ ਇੱਕ ਇਹੋ ਜਿਹੀ ਜਗ੍ਹਾ ਜਿੱਥੇ ਦੇ ਵਸ਼ਿੰਦੇ, ਜਿੱਥੇ ਦੇ ਵਸਨੀਕ ਇਹ ਗੱਲ ਕਹਿਣ ਵਾਸਤੇ
ਮਜਬੂਰ ਹੋਣਗੇ ਕਿ ਸਾਡੇ ਪੁਰਖੇ ਸਾਨੂੰ ਆਹ ਜੀਨਤ ਦੇ ਕੇ ਗਏ, ਸਾਡੇ ਪੁਰਖੇ ਸਾਨੂੰ ਆਹ ਮੁਹੱਬਤ ਦੇ ਕੇ ਗਏ, ਸਾਡੇ ਪੁਰਖੇ ਸਾਨੂੰ ਆਹ ਇੱਕ ਅਜ਼ੀਮ ਰਜਿਸਟਰੀ ਦੇ ਕੇ ਗਏ ਜਿਸ ਦਾ ਅਰਥ ਅੱਖਰਾਂ ਦੇ ਵਿੱਚ ਨਹੀਂ ਕੀਤਾ ਜਾ ਸਕਦਾ, ਜਿਸ ਦਾ ਅਰਥ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਆਓ ਪੜ੍ਹੀਏ ਕਿਹੜੀ ਰਜਿਸਟਰੀ ਆ ਜਿਹੜੇ ਪੁਰਖੇ ਇੰਡੀਅਨ ਐਪਲਸ ਦੇ ਨੌਜਵਾਨ ਸੁਖਦੇਵ ਸਮਰੇ ਹੋਣਾ ਅਤੇ ਉਹਨਾਂ ਦੇ ਸਾਥੀਆਂ ਦੇ ਨਾਮ ਕਰਕੇ ਜਾ ਰਹੇ ਨੇ, ਭਾਵ ਕਿ ਨਾਮ ਨਹੀਂ, ਕੋਈ ਰਜਿਸਟਰੀ ਨਹੀਂ, ਆਉਣ ਵਾਲੀਆਂ ਨਸਲਾਂ ਉਹਨਾਂ ਦੇ ਪੋਤੇ ਪੋਤਰੀਆਂ ਦੇ ਨਾਮ ਕਰਕੇ ਜਾ ਰਹੇ ਨੇ। ਇਹ ਇੱਕ ਇਹੋ ਜਿਹੀ ਅਜ਼ੀਮ ਹਿਸਟਰੀ ਆ ਜਿਸ ਨੂੰ ਪੜ੍ਹਨ ਲੱਗਿਆਂ ਵੀ ਸਮਾਂ ਲੱਗੇਗਾ, ਜਿਸ ਦੇ ਵਿੱਚ ਵਿਚਰਨ ਲੱਗਿਆਂ ਵੀ ਸਮਾਂ ਲੱਗੇਗਾ। ਆਓ ਵੇਖਦੇ ਹਾਂ ਬਜ਼ੁਰਗਾਂ ਦੀਆਂ ਭਾਵਨਾਵਾਂ ਕੀ ਕਹਿ ਰਹੀਆਂ ਨੇ। ਸਭ ਤੋਂ ਪਹਿਲਾਂ ਜਸ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਕਿ ਅੱਜ ਦੇ ਇਸ ਦਿਨ ਉੱਤੇ ਸਾਡੇ ਵਰਗੇ ਬਜ਼ੁਰਗਾਂ ਨੂੰ ਨਿਵਾਜਣ ਆਏ ਨੇ। ਉਸ ਤੋਂ ਬਾਅਦ ਜਸ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਦਿਨ ਉੱਤੇ ਮੈਂ ਵਿਸ਼ੇਸ਼ ਤੌਰ 'ਤੇ ਇਹ ਕਹਿਣਾ ਚਾਹੁੰਦਾ ਕਿ ਜਿਸ ਸਰ ਜ਼ਮੀਨ ਉੱਤੇ ਅਸੀਂ ਬੈਠੇ ਹਾਂ, ਇਸ ਸਰ ਜ਼ਮੀਨ ਦੇ ਨਾਲ ਬਜ਼ੁਰਗਾਂ ਦੇ ਬਹੁਤ ਵੱਡੇ ਸੁਪਨੇ ਜੁੜੇ ਹੋਏ ਆ। ਬਜ਼ੁਰਗਾਂ ਨੇ ਕਿਸੇ ਵੇਲੇ ਇੱਕ ਸੁਪਨਾ ਲਿਆ ਸੀ ਛੋਟਾ ਜਿਹਾ, ਕਿ ਪਰਿਵਾਰਕ ਝਗੜਿਆਂ ਨੂੰ ਭਾਈਚਾਰਕ ਤੌਰ 'ਤੇ ਹੱਲ ਕਰਨ ਦਾ ਕੋਈ ਯਤਨ ਕੀਤਾ ਜਾਵੇ, ਪਰ ਉਹਦੇ ਤੋਂ ਹੌਲੀ ਹੌਲੀ ਸੁਪਨਾ ਵੱਡਾ ਹੁੰਦਾ ਗਿਆ ਅਤੇ ਫਿਰ ਇਹ ਸੁਪਨਾ ਲਿਆ ਕਿ ਇੰਡੀਆਨਾ ਦੇ ਵਿੱਚ, ਇੰਡੀਅਨ ਐਪਲਸ ਦੇ ਵਿੱਚ ਖਾਸ ਤੌਰ 'ਤੇ ਹੁਣ ਬਹੁਤ ਕਮਿਊਨਿਟੀ ਹੋ ਗਈ ਆ ਸਾਡੀ, ਅਤੇ ਇੱਥੇ ਕੋਈ ਕਮਿਊਨਿਟੀ ਸੈਂਟਰ ਚਾਹੀਦਾ, ਔਰ ਕਮਿਊਨਿਟੀ ਸੈਂਟਰ ਇੰਡੀਅਨ ਅਮੈਰੀਕਨ ਸੀਨੀਅਰ ਸੁਸਾਇਟੀ ਦੀ ਅਗਵਾਈ ਦੇ ਵਿੱਚ ਬਣਨਾ ਚਾਹੀਦਾ, ਤਾਂ ਕਿ ਬਜ਼ੁਰਗਾਂ ਨੂੰ ਇਹ ਨਾ ਲੱਗੇ ਕਿ ਅਸੀਂ ਖੜ੍ਹੇ ਹੋ ਗਏ ਹਾਂ। ਬਜ਼ੁਰਗਾਂ ਨੂੰ ਇਹ ਹਮੇਸ਼ਾ ਲੱਗੇ ਕਿ ਅਸੀਂ ਲਗਾਤਾਰ ਤੁਰ ਰਹੇ ਹਾਂ, ਅਸੀਂ ਲਗਾਤਾਰ ਸਰਗਰਮ ਹਾਂ, ਕਿਉਂਕਿ ਉਹ ਸਾਰੇ ਜਾਣਦੇ ਆ, ਸਾਰੇ ਬਹੁਤ ਪੜ੍ਹੇ ਲਿਖੇ ਆ, ਅਵੇਕਨਡ ਆ, ਉਹ ਇਹ ਸਮਝਦੇ ਆ ਕਿ ਮੀਨਿੰਗਫੁੱਲ ਰਹਿਣਾ ਬਹੁਤ ਜ਼ਰੂਰੀ ਆ, ਸਾਰਥਕ ਰਹਿਣਾ ਬਹੁਤ ਜ਼ਰੂਰੀ ਆ। ਜਿੰਨਾ ਚਿਰ ਵੀ ਸਾਹ ਲੈਂਦੇ ਹਾਂ, ਜ਼ਿੰਦਗੀ ਨੂੰ ਕੁਝ ਨਾ ਕੁਝ ਦੇਣਾ, ਕਮਿਊਨਿਟੀ ਨੂੰ ਕੁਝ ਨਾ ਕੁਝ ਦੇਣਾ, ਕਮਿਊਨਿਟੀ ਨੂੰ ਚੇਤਨ ਕਰਨਾ, ਇਹ ਸਾਡਾ ਬਹੁਤ ਵੱਡਾ ਫਰਜ਼ ਹੈ। ਇਸ ਸੁਪਨੇ ਨੂੰ ਨਾਲ ਲੈ ਕੇ ਇਹ ਕਮਿਊਨਿਟੀ ਸੈਂਟਰ ਦਾ ਸੁਪਨਾ ਲਿਆ ਗਿਆ। ਇਸ ਕਮਿਊਨਿਟੀ ਸੈਂਟਰ ਦੇ ਵਿੱਚ ਇੱਕ ਵੱਡਾ ਹਾਲ ਹੋਏਗਾ ਜਿਹੜਾ 7000 ਸਕੇਅਰ ਫੁੱਟ ਦਾ ਆ। ਉਹਦੇ ਵਿੱਚ ਬਜ਼ੁਰਗਾਂ ਦੇ ਮੀਟਿੰਗ ਰੂਮ ਹੋਏਗਾ, ਡਿਸਕਸ਼ਨ ਰੂਮ ਹੋਏਗਾ, ਉਹਦੇ ਵਿੱਚ ਲਾਇਬ੍ਰੇਰੀ ਹੋਏਗੀ, ਉਹਦੇ ਵਿੱਚ ਡਾਕਟਰ ਦਾ ਇੱਕ ਸੈੱਲ ਹੋਏਗਾ, ਉਹਦੇ ਨਾਲ ਨਾਲ ਕੰਪਿਊਟਰ ਸੈਂਟਰ ਹੋਏਗਾ, ਤਾਂ ਕਿ ਬਜ਼ੁਰਗ ਕੰਪਿਊਟਰ ਵੀ ਸਿੱਖ ਸਕਣ, ਉਹ ਇਹ ਨਾ ਸਮਝਣ ਕਿ ਅਸੀਂ ਆਊਟ ਆਫ ਡੇਟ ਹੋ ਗਏ ਹਾਂ। ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ ਲੈ ਕੇ ਨਾਲ ਨਾਲ ਕੌਂਸਲਿੰਗ ਸੈਂਟਰ ਵੀ ਹੋਏਗਾ, ਤਾਂ ਕਿ ਉਹਨਾਂ ਲੋਕਾਂ ਨੂੰ ਜਿਹੜੇ ਕੋਈ ਸਟ੍ਰੈਸ ਵਿੱਚ ਹੈ, ਕੋਈ ਮੁਸ਼ਕਲ ਵਿੱਚ ਹੈ, ਜਿਹਨੂੰ ਮਾਇਕ ਘਾਟੇ ਕਰਕੇ ਜਾਂ ਪਰਿਵਾਰਕ ਝਗੜੇ ਕਰਕੇ ਕੋਈ ਮੁਸ਼ਕਲ ਹੈ, ਉਹਨਾਂ ਨੂੰ ਕੋਈ ਸਲਾਹ ਦਿੱਤੀ ਜਾ ਸਕੇ। ਇਸ ਸੁਪਨੇ ਨੂੰ ਸਾਰਥਕ ਕਰਨ ਦੇ ਵਿੱਚ ਸਰਦਾਰ ਹਰਸੇਵ ਸਿੰਘ ਗਿੱਲ ਨੇ, ਕਾਮਰੇਡ ਸਵਰਨ ਸਿੰਘ ਧਾਮੀ ਨੇ, ਔਰ ਕੁਲਾਰ ਸਾਹਿਬ ਨੇ, ਔਰ ਖਾਸ ਤੌਰ 'ਤੇ ਇੱਥੋਂ ਦੇ ਬਾਬਾ ਬੋੜ ਜਿਹੜੇ ਨੇ, ਭਾਈ ਗੁਰਜਾਲ ਸਿੰਘ, ਜਿਨ੍ਹਾਂ ਦੀ ਅਗਵਾਈ ਤੋਂ ਬਿਨਾਂ ਅਸੀਂ ਇਹ ਕੁਝ ਨਹੀਂ ਸੀ ਕਰ ਸਕਦੇ। ਮੈਂ ਸਮਝਦਾ ਕਿ ਉਹ ਲਾਈਫ ਟਾਈਮ ਸਾਡੇ ਇੱਕ ਤਰ੍ਹਾਂ ਨਾਲ ਸਰਪ੍ਰਸਤ ਨੇ। ਇਹਦੇ ਨਾਲ ਨਾਲ ਰਣਜੀਤ ਸਿੰਘ ਦਿਓਲ ਹੋਣੀ ਨੇ, ਬੈਨ ਸਿੰਘ ਹੋਣੀ ਨੇ, ਕਿਹਦਾ ਕਿਹਦਾ ਨਾਂ ਲਵਾਂ ਅਤੇ ਕਿਹਦਾ ਕਿਹਦਾ ਛੱਡਾਂ, ਮੇਰੇ ਖਿਆਲ ਵਿੱਚ ਸਾਰੇ ਹੀ ਬਹੁਤ ਇੰਪੋਰਟੈਂਟ ਆ। ਪਰ ਬਜ਼ੁਰਗਾਂ ਦੇ ਆਪਸ ਵਿੱਚ ਹੁੰਗਾਰੇ ਦੀ ਗੱਲ ਤਾਂ ਸਮਝ ਆਉਂਦੀ ਆ, ਪਰ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਆ ਕਿ ਸੁਖਦੇਵ ਸਿੰਘ ਸਮਰੇ ਵਰਗੇ, ਔਰ ਲੱਕੀ ਸਿੰਘ ਵਰਗੇ, ਬੋਬੀ ਸਿੰਘ ਵਰਗੇ ਅਤੇ ਰਾਜੂ ਵਰਗੇ ਨੌਜਵਾਨ ਜਿਹੜੇ ਨੇ, ਉਹ ਵੀ ਸਿਰ ਧੜ ਦੀ ਬਾਜ਼ੀ ਲਾ ਕੇ ਸਾਡੇ ਨਾਲ ਨੇ। ਉਹਨਾਂ ਨੇ ਇਸ ਜ਼ਮੀਨ ਨੂੰ ਪੱਧਰਾ ਕਰਨ ਦੇ ਵਿੱਚ ਸਭ ਤੋਂ ਪਹਿਲਾਂ ਬਜ਼ੁਰਗਾਂ ਨੇ ਕਾਰ ਸੇਵਾ ਰਾਹੀਂ ਇਸ ਬਿਲਡਿੰਗ ਨੂੰ ਸਾਫ਼ ਕਰਨਾ ਸ਼ੁਰੂ ਕੀਤਾ। ਸਾਨੂੰ ਅਫਸੋਸ ਆ ਕਿ ਉਸ ਵੇਲੇ ਦੀਆਂ ਵੀਡੀਓਜ਼ ਅਸੀਂ ਨਹੀਂ ਰੱਖ ਸਕੇ, ਅਤੇ ਮੇਰਾ ਨਹੀਂ ਖਿਆਲ ਕਿ ਬਜ਼ੁਰਗਾਂ ਨੇ ਕਦੇ ਆਪਣੇ ਵੀ ਕੰਮ ਉਸ ਦਿਲ ਲਗੀ ਨਾਲ ਕੀਤੇ ਹੋਣ ਜਿਹੜੇ ਇੱਥੇ ਆ ਕੇ ਕੀਤੇ। ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ ਲੈ ਕੇ ਅਸੀਂ ਇਹ ਸਮਝਦੇ ਹਾਂ
कि साड़ी कल्चर ज्यौंदी रही, साड़ी जबान ज्यौंदा रहे, ज्यौंदी रहे, साड़ा जड़ा जीवन जाच है उहदी पछाण बनी रहे, ते नाल नाल दूजे नाल भी असीं घुल मिल सकीए। जिहदे नाल अज ही मैं किसी नाल किसी चर्च के बिशप नाल गल करदा आया ते भी असीं इत्थे मल्टीफेस जिहड़ियां कॉन्फ्रेंसिस आ उह भी करिया करांगे, ताकि असीं अपने दूजे फिरकियां दे नाल रल मिल सकीए, उन्हां दे नाल उन्हां दी जीवन जाच जिहड़ी आ उहदे तों असीं फायदा उठा सकीए, साडी जीवन जाच तों उह फायदा उठा सकण। इहदे नाल नाल सारिआं नालों वड्डी गल है, भावें गुरु घर बथेरे ने, पर गुरु घरां दे विच उह कम नहीं हो सकदे जिहड़े कम्यूनिटी सेंटर दे विच हो सकदे आ। कम्यूनिटी सेंटर दे विच भाईचारक सांझ बणदी आ, सभ्याचारक प्रोग्राम हो सकदे आ, ड्रामे हो सकदे आ, शहीदां दे दिन हो सकदे आ, और ग्राउंडां दे विच बच्चिआं दीआं स्पोर्ट्स हो सकदीआं। इत्थों हुणे बाट साहब चले गए आ, उन्हां ने वादा कीता, उह पंजाब विच खेडां दे माहिर रहे आ, कि इत्थे मैं बच्चिआं नूं ट्रेनिंग दिया करांगा, ताकि असी प्रोफेसनल खिडारियों नूं ना खिडाइए, असी जिहड़े अपनी पनीरी तैयार करिए, अपने बच्चों नूं अपनियां खेडां दे नाल जोड़िए, ताकि वह नशियां तो दूर रह सकन, ताकि वह उन्हां गल्लां तो बच सकन जिहड़ियां नूं असी बुरा समझदे हां। तो ये कुल बना के असी इस तरह का एक अकीदा लैके एक निशाना लैके तुरे हाँ। ये निशाना किस हद तक कामयाब हुंदा इहदे बारे च सानू हुण कोई वहम नहीं रहा, असी तुर पए हाँ ते असी तुरदे रहना, क्योंकि तुरन विच ही जिंदगी है, जदों खड़ गए तां समझो मर गए। ते इस कम्यूनिटी सेंटर दे विच बजुर्गां लई स्पैशल एक बेसिक जिम भी होएगा, ताकि उन्हां नूं किते एक्सरसाइज करन लई बाहर ना जाना पवे। मैं शुक्रगुजार हाँ उन्हां परिवारां दा, सुखदेव सिंह समरा, उन्हां दे पिता जी पाल सिंह समरा, उन्हां दे भाई जगदेव सिंह समरा और नागराज जी, खास तौर पर क्योंकि साडे एडवाइजर ने लॉ दे दायरे दे विच, परमार साहब पुराने फौजी ने बड़े हंडे हुए ने, मास्टर बलविंदर सिंह जी ने जिंदगी देखी हुई है, ये सारे सानू हर तरह अगवाई दे सकते ने, और ये अच्छी टीम है। बैन सिंह दे कोल जिहड़ा अकाउंट्स की महारत है, और नाल नाल वो बहुत सारिया सेवावां अपने वालों भी करवा रहे आ, उन्हां नूं जी आया। और मैं इहदे नाल नाल अगली गल जिहड़ी कहना चाहुंदा, ये कदे भी सच नहीं सी होना जे साडी कम्यूनिटी वालों साडे लई सहायता ना हुंदी। जिहदे कोल भी गए आ उहनें सानूं जी आया कहा, उन्हां ने कहा कि आओ असीं जो कुछ भी कर सकते हाँ असीं करांगे। इत्थों दी लोकल कम्यूनिटी ने तां बहुत कुछ कीता, किसी ने भी दरवाज़ा बंद नहीं किया, जिहदा दरवाज़ा खड़काया उसे ने साडी झोली भर के भेजी है। तो जे असी शिकागो गए हाँ, शिकागो वालिया ने भी झोली भर के भेजी, तो जे असी मैरीवेल गए हाँ, उन्होंने भी झोली भर के भेजी। हुण असी दूजे शहरों में होर भी आले दुआले जावांगे, कोलंबस गए हैं, उन्होंने भी सानू कोई घाटा नहीं रखिया। कोई भी जगह यह जी नहीं है जिथों किसी ने मत्थे वट पाया होवे, क्योंकि उन्होंने ये एहसास है, ये पता है कि कोई चंगा कर रहे आ, ये विश्वास दवाना पैंदा है। आ ग्राउंड दसदी है, ये सारा सिलसिला दसदा है कि इस नूं असी किस पद्धर तों, जे तुसी दीपक जी ते रियाड़ जी जे तुसी पहला इहदी हालत वेखी हुंदी, तुसी कहना सी तुसी तां काया कल्प कर दित्ती आ। ते नाल वड्डी गल ये आ कि इहदे नाल ही गुरु घर है, नाल ही साडा ये भी अकीदा आ कि आने वाले समय में इत्थे असी फ्यूनरल होम भी बनावांगे, वो साड़ी प्लैन दे विच आ। जे गवर्नमेंट ने सानू इजाजत दे दित्ती तां उहदे तों भी पिछे नहीं हटांगे, ताकि साड़ी कम्यूनिटी दीआं लोड़ां दे मुताबक वो जिहड़ा फ्यूनरल होम होवे, ताकि असी सानू इधर उधर महंगीआं थावां ते ना जाणा पवे। तो मैं ये समझदा कि जे मैं बोलदा रहा गल्लां मुकणियां नहीं, सन 15 तों असी तुरे हुए हाँ, धीमी चाले बजुर्गां दी चाल हमेशा धीमी हुंदी आ, तुहानूं पता ही है, लेकिन सानू ये पता है कि तुरदे रहण विच ही जिंदगी है। जिहड़े खड़े पाणी है वह बो मारन लग जांदे आ, वगदे पाणियां विच ही ताजगी रहिंदी आ, वगदे पाणियां विच ही जिंदगी रहिंदी आ, वगदे पाणियां विच ही खुशबूइयां पैदा करन दी समर्था रहिंदी आ। ते ये बजुर्ग सारे मिल के इस बन्ने तुरे हुए आ, ते खास तौर पर जिक्र करना चाहांगे पिछे तोता सिंह खड़ा है, इसने जिन्ना काम किया मैं समझदा कोई हो
ਕਿਸੇ ਹੋਰ ਨੇ ਨਹੀਂ ਕੀਤਾ। ਇਹਨੇ ਮਤਲਬ ਮੈਨੂਅਲ ਕੰਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇੱਥੇ ਕੱਲ੍ਹ ਪਰਸੋਂ ਜਦੋਂ ਆ ਮਿੱਟੀ ਦੇ ਢੇਰ ਸਿੱਟੇ ਗਏ, ਲੱਗਦਾ ਸੀ ਕਿ ਇਹਦੇ 'ਚ ਪੱਥਰ ਬੜੇ ਆ, ਸਾਰਾ ਕੁਛ ਖਡਾ ਕੇ ਬੰਦਿਆਂ ਨੇ ਟਰੈਕਟਰ ਲਿਆ ਕੇ ਵਾਹ ਦਾਈ। ਸਿੱਧੂ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੈਂਬਰ ਨੇ, ਉਹਨਾਂ ਦਾ ਬੇਟਾ ਵੀ ਟਰੈਕਟਰ ਲੈ ਕੇ ਆਇਆ, ਦਿਓਲ ਸਾਹਿਬ ਦਾ ਬੇਟਾ ਵੀ ਟਰੈਕਟਰ ਲੈ ਕੇ ਆਇਆ, ਔਰ ਸੁਖਦੇਵ ਸਿੰਘ ਜਗਦੇਵ ਸਿੰਘ ਤਾਂ ਹਰ ਵੇਲੇ ਹਾਜ਼ਰ ਹੀ ਰਹਿੰਦੇ ਆ, ਚਾਹੇ ਘਾਹ ਕੱਢਣਾ ਹੋਵੇ, ਚਾਹੇ ਕੋਈ ਦਵਾਈ ਛਿੜਕਣੀ ਹੋਵੇ। ਅਤੇ ਮੈਂ ਸਮਝਦਾ ਕਿ ਸੁਖਦੇਵ ਸਿੰਘ ਆਉਣ ਵਾਲੇ ਸਮੇਂ 'ਚ, ਮੈਂ ਉਹਨੂੰ ਹੁਣੇ ਬੁੱਢਾ ਨਹੀਂ ਕਹਿੰਦਾ, ਲੇਕਿਨ ਆਉਣ ਵਾਲੇ ਸਮੇਂ 'ਚ ਸਾਡੇ ਵਿੱਚ ਬਹੁਤ ਸਮਰੱਥ ਬੰਦਾ ਆ ਜਿਹੜਾ ਸਾਡੇ 'ਚ ਸ਼ਾਮਿਲ ਹੋਏਗਾ, ਔਰ ਸਾਨੂੰ ਉਹਦੇ 'ਤੇ ਬੜਾ ਮਾਣ ਹੈ, ਔਰ ਸਾਰਿਆਂ 'ਤੇ ਆਪਣੇ ਸਾਥੀਆਂ 'ਤੇ ਮਾਣ ਹੈ। ਭਾਈ ਬਲਵਿੰਦਰ ਸਿੰਘ ਸਾਡੇ 'ਚ ਹਾਜ਼ਰ ਨੇ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਹਾਜ਼ਰ ਨੇ, ਉਹਨਾਂ ਨੂੰ ਜੀ ਆਇਆਂ। ਅਤੇ ਭਾਈ ਬਲਵਿੰਦਰ ਸਿੰਘ ਨੂੰ ਮੈਂ ਬੇਨਤੀ ਕਰਾਂਗਾ ਕਿ ਅਰਦਾਸ ਕਰਿਓ ਕਿ ਅਸੀਂ ਆਪਣੇ ਸਿਲਸਿਲੇ ਵਿੱਚ ਕਾਮਯਾਬ ਹੋਈਏ, ਔਰ ਨਾਲ ਨਾਲ ਸਾਡੇ ਵਿੱਚ ਸ਼ਾਮਿਲ ਵੀ ਹੋਇਓ, ਅਸੀਂ ਤੁਹਾਨੂੰ ਆਪਣੇ ਮੈਂਬਰ ਬਣਾਵਾਂਗੇ। ਜਸ ਪੰਜਾਬੀ ਦਾ ਅਸੀਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਵਕਤ ਕੱਢ ਕੇ ਸਾਨੂੰ ਇੱਥੇ ਇਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ। ਮੈਂ ਇੱਕ ਗੱਲ ਕਹਿੰਦਾ, ਮੈਂ ਕੋਈ ਸਪੀਕਰ ਨਹੀਂ ਹਾਂ, ਪਰ ਜੇ ਕਹਿੰਦੇ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਆ ਜਾਂਦੀਆਂ ਨੇ, ਇੱਕ ਪਾਸੇ ਬਹੁਤ ਵੱਡਾ ਬਲਬ ਹੋਵੇ, ਇੱਕ ਜੀਰੋ ਦਾ ਹੋਵੇ, ਉਹ ਮੇਰਾ ਹਿਸਾਬ ਹੈ ਸਿਟੀ ਆਪਣਾ ਢੇਸੀ ਸਾਹਿਬ ਕੋਲ ਬੈਠ ਕੇ। ਮੈਂ ਇੱਕ ਜ਼ਰੂਰ ਗੱਲ ਕਹਿਣੀ ਚਾਹਾਂਗਾ, ਕਿਉਂਕਿ ਅੱਜ ਜਿਹੜਾ ਵਕਤ ਆਇਆ ਹੈ ਸਾਡੀ ਕਮਿੰਗ ਜਨਰੇਸ਼ਨ ਦੇ ਉੱਤੇ, ਸਾਡੀਆਂ ਅਗਲੀਆਂ ਪੀੜ੍ਹੀਆਂ ਦੇ ਉੱਤੇ, ਉਹ ਸਾਡੇ ਲਈ ਬਹੁਤ ਸੋਚਣ ਵਾਲੀ ਗੱਲ ਹੈ। ਅਸੀਂ ਉਹਨੂੰ ਇਕੱਠਾ ਕਰਕੇ ਰੱਖਣਾ, ਅਸੀਂ ਉਹ ਸੰਸਕਾਰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਨੂੰ, ਜਿਹੜੇ ਕਿ ਸਾਡੇ ਬਜ਼ੁਰਗ ਸਾਨੂੰ ਦੇ ਕੇ ਗਏ ਸੀ, ਕਿਉਂਕਿ ਵੈਸਟਰਨ ਦਾ ਬਹੁਤ ਪ੍ਰਭਾਵ ਹੈ, ਉਹ ਮਤਲਬ ਉਹਨਾਂ ਨੂੰ ਕੋਈ ਰਾਹ ਨਹੀਂ ਮਿਲਦਾ, ਕੋਈ ਦੱਸਣ ਵਾਲਾ ਨਹੀਂ। ਇਸ ਕਰਕੇ ਅਸੀਂ ਸੋਚਿਆ ਵੀ ਚਲੋ ਹੁਣ ਜੇ ਰਿਟਾਇਰਮੈਂਟ ਤੋਂ ਬਾਅਦ ਇਹ ਕੰਮ ਕਰੋ। ਅਸੀਂ ਸਾਰੇ ਇਕੱਠੇ ਹੋਏ, ਢੇਸੀ ਸਾਹਿਬ ਦਾ ਇਹਨਾਂ ਦਾ ਬਹੁਤ ਵੱਡਾ ਦਾਨ ਹੈ, ਯੋਗਦਾਨ ਹੈ ਇਹਦੇ ਵਿੱਚ। ਮੈਂ ਇੱਕ ਗੱਲ ਪਿੱਛੇ ਜਾ ਕੇ ਤੁਹਾਨੂੰ ਦੱਸਣੀ ਚਾਹੁੰਦਾ, ਸ਼ੁਰੂ ਕਰਨਾ ਬਹੁਤ ਔਖਾ ਕੰਮ, ਲੇਕਿਨ ਉਹਦੇ 'ਤੇ ਔਕੜਾਂ ਬਹੁਤ ਆਉਂਦੀਆਂ ਨੇ, ਤੁਹਾਨੂੰ ਲੋਕ ਡਿਸਕਰੇਜ ਵੀ ਕਰਦੇ ਨੇ, ਪਰ ਜੇ ਤੁਸੀਂ ਕੋਈ ਮਿਸ਼ਨ ਬਣਾਇਆ, ਨਿਸ਼ਾਨਾ ਚੰਗੇ ਕੰਮ ਲਈ, ਉਹਦੇ 'ਤੇ ਤੁਰਦੇ ਰਹੋ। ਮੈਂ ਫਰੈਜਨੋ ਤੋਂ ਮੁੜ ਕੇ ਆਇਆ, ਮੂਵ ਹੋ ਕੇ ਫਰੈਜਨੋ, ਜਿਹੜਾ ਗਦਰੀ ਬਾਬਿਆਂ ਦਾ ਪ੍ਰੋਗਰਾਮ ਸੀ, ਉਹ ਸਾਡੇ ਬੰਦਿਆਂ ਨੇ, ਮੈਂ ਉਹਨਾਂ ਦੇ ਵਿੱਚ ਸੀ, ਸ਼ੁਰੂ ਕੀਤਾ ਸੀ। ਉਹ ਤਜਰਬਾ ਬਹੁਤ ਵਧੀਆ ਰਿਹਾ, ਅੱਜ ਕੈਨੇਡਾ 'ਚ ਵੀ ਉਹ ਪ੍ਰੋਗਰਾਮ ਹੁੰਦੇ ਨੇ, ਅਮੈਰੀਕਾ 'ਚ ਵੀ ਹੁੰਦੇ ਨੇ, ਅਸੀਂ ਵੀ ਇੱਥੇ ਕਰਾਂਗੇ। ਜਿਹੜੇ ਪ੍ਰੋਗਰਾਮ ਜਿਵੇਂ ਢੇਸੀ ਸਾਹਿਬ ਨੇ ਕਿਹਾ ਗੁਰਦੁਆਰਿਆਂ 'ਚ ਨਹੀਂ ਹੋ ਸਕਦੇ, ਉਹ ਅਸੀਂ ਇੱਥੇ ਕਰਨ ਦੀ ਕੋਸ਼ਿਸ਼ ਕਰਾਂਗੇ। ਲੋਕਾਂ ਦਾ ਬੜਾ ਹੌਸਲਾ ਅਫਜ਼ਾਈ ਕਰਦੇ ਨੇ, ਬੜਾ ਸਾਥ ਦੇ ਰਹੇ ਨੇ, ਬੁੜਿਆਂ ਕੋਲ ਪੈਸੇ ਨਹੀਂ ਹੁੰਦੇ, ਸਾਰਾ ਮਤਲਬ ਲੋਕਾਂ ਨੇ ਪੈਸੇ ਦਿੱਤੇ ਨੇ, ਅਸੀਂ ਤਾਂ ਸੇਵਾ ਕਰਨ ਵਾਲੇ ਹਾਂ। ਸਾਨੂੰ ਆਸ ਹੈ ਵੀ ਸਾਰੇ ਜਿਹੜੇ ਹੋਰ ਸ਼ਹਿਰਾਂ 'ਚ ਵੀ ਰਹਿੰਦੇ ਨੇ, ਸਾਡੇ ਕੋਲ ਆਉਣ, ਇੱਥੋਂ ਸਲਾਹ ਲੈਣ, ਉਹ ਵੀ ਇਹੋ ਜਿਹਾ ਕੰਮ ਸ਼ੁਰੂ ਕਰਨ, ਤਾਂ ਕਿ ਅਮੈਰੀਕਾ ਦੇ ਵਿੱਚ ਹਰ ਜਗ੍ਹਾ ਇੱਕ ਕਮਿਊਨਿਟੀ ਸੈਂਟਰ ਹੋਵੇ, ਬਜ਼ੁਰਗਾਂ ਲਈ, ਵੱਡਿਆਂ ਲਈ, ਬੱਚਿਆਂ ਲਈ ਕੈਂਪ ਲੱਗਣ। ਅਸੀਂ ਫਿਊਚਰ ਦੇ ਵਿੱਚ ਇਹਨਾਂ ਬੱਚਿਆਂ ਨੂੰ ਸਿਖਾ ਕੇ ਪੋਲੀਟਿਕਸ ਵੀ ਲੈ ਕੇ ਆਉਣਾ, ਇੱਥੇ ਅਸੀਂ ਕੈਂਪ ਲਾਇਆ ਕਰਾਂਗੇ, ਉਹਨਾਂ ਨੂੰ ਸਿਖਲਾਈ ਦੇਵਾਂਗੇ। ਸਪੋਰਟਸ ਵਾਲੇ ਸਾਡੇ ਕੋਲ ਕੋਚਿਸ ਹੈਗੇ, ਅਸੀਂ ਮਾਰਸ਼ਲ ਆਰਟ ਵੀ ਉਹਨਾਂ ਨੂੰ ਸਿਖਾਵਾਂਗੇ, ਅਸੀਂ ਹਰ ਪੱਖੋਂ ਕੋਸ਼ਿਸ਼ ਕਰਾਂਗੇ। ਔਰ ਅਖੀਰਲੀ ਗੱਲ ਇਹ ਬਈ, ਹਰ ਬੰਦੇ ਨੇ ਤੁਰ ਜਾਣਾ, ਜੋ ਆਇਆ ਸੀ ਜੋ ਚੱਲ ਸੀ, ਸਭ ਕੋ ਆਈ ਵਾਰੀ ਹੈ। ਅਸੀਂ ਫਿਊਨਰਲ ਦਾ ਵੀ ਪ੍ਰੋਗਰਾਮ ਕਰਨਾ, ਇਹਦੇ ਲਈ ਪੈਸੇ ਦੀ ਵੀ ਲੋੜ ਹੈ। ਅਸੀਂ ਬੇਨਤੀ ਕਰਦੇ ਹਾਂ ਆਲੇ ਦੁਆਲੇ ਦੇ ਹੋਰ ਸ਼ਹਿਰਾਂ ਦੇ ਸੱਜਣਾਂ ਨੂੰ ਵੀ, ਭਾਈਬੰਦਾਂ ਨੂੰ, ਆਪਣੀ ਕਮਿਊਨਿਟੀ ਦੇ ਬੰਦਿਆਂ ਨੂੰ ਵੀ, ਸਾਡੀ ਮਦਦ ਕਰੋ, ਸਾਡੇ ਤੋਂ ਵੀ ਮਦਦ ਲਓ, ਇਹੋ ਜਿਹਾ ਕੰਮ ਸ਼ੁਰੂ ਕਰੋ। ਮੇਰਾ ਖਿਆਲ ਹੈ ਮੈਂ ਬਹੁਤਾ ਨਾ ਬੋਲਦਾ ਹੋਇਆ ਸੰਕੋਚ ਕਰਦਾ, ਮੈਂ ਕੋਈ ਮਤਲਬ ਇੰਨਾ ਸਪੀਕਰ ਨਹੀਂ ਵਧੀਆ, ਨਾਲੇ ਢੇਸੀ ਸਾਹਿਬ ਦੇ ਸਾਹਮਣੇ ਮੈਨੂੰ ਤਾਂ ਉਦਾਂ ਹੀ ਸੰਗ ਲੱਗਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸ ਪੰਜਾਬੀ ਦੀ ਟੀਮ ਜਿਨ੍ਹਾਂ ਨੇ ਕਿ ਸਾਨੂੰ ਸਾਡੇ ਬਾਰੇ ਸਾਡੀ ਭੂਮਿਕਾ ਬੰਨੀ ਜਨਤਾ ਦੇ ਵਿੱਚ ਵੀ ਅਸੀਂ ਕੀ ਹਾਂ ਅਤੇ ਕੀ ਕਰਨ ਜਾ ਰਹੇ ਹਾਂ, ਇਹਨਾਂ ਦਾ ਵੀ ਧੰਨਵਾਦ। ਬਾਕੀ ਮੈਂ 6 ਤੋਂ ਇੱਥੇ ਆਇਆ ਸੀ ਅਮਰੀਕਾ ਵਿੱਚ, ਤਾਂ ਮੇਰੀ ਕੋਈ ਜ਼ਿੰਦਗੀ ਸ਼ੁਰੂ 'ਚ ਉੱਥੋਂ ਇੰਡੀਆ ਤੋਂ ਹੀ ਬੜੀ ਸੋਸ਼ਲ ਜੀ ਸੀ। ਅਸੀਂ ਉੱਥੇ ਖਰੜ ਯਾਨੀ ਫਿਜ਼ੀਕਲ ਕਾਲਜ ਔਰ ਡਿਗਰੀ ਕਾਲਜ ਮੈਰ ਕਾਮਰੇਡ ਜੋਸ਼ ਨੇ ਦੋਹਾਂ ਨੇ ਮਿਲ ਕੇ
ਪਾਗੋ ਮਾਜਰੇ ਦੀ ਪਿੰਡ ਤੋਂ 20 ਏਕੜ ਜ਼ਮੀਨ ਉਹਨਾਂ ਨੇ ਦਿੱਤੀ, 17.5 ਏਕੜ ਜ਼ਮੀਨ ਅਸੀਂ ਕਸਟੋਡੀਅਨ ਦੀ ਮੁੱਲ ਲਈ, ਅਤੇ ਇਸ ਤਰ੍ਹਾਂ ਦੇ ਨਾਲ ਉੱਥੇ 2 ਕਾਲਜ ਚੱਲ ਰਹੇ ਹੈ। ਬੜੀ ਮਿਹਨਤ ਨਾਲ ਅਸੀਂ ਉੱਥੇ ਕਰਿਆ। ਮੈਂ ਇੱਥੇ ਆਇਆ, ਮੈਂ ਕਿਹਾ ਵੀ ਇੱਥੇ ਆ ਕੇ ਮੈਨੂੰ ਘਰ ਕੇ ਬੈਠਣਾ ਤਾਂ ਬੜਾ ਔਖਾ ਹੋਣਾ, ਸੋਈ ਮੈਂ ਆਪਣੇ ਬਾਕੀ ਸਾਥੀਆਂ ਦਾ, ਖਾਸ ਤੌਰ ਪਰ ਢੇਸੀ ਸਾਹਿਬ ਦਾ ਮੈਂ ਸ਼ੁਕਰਗੁਜ਼ਾਰ ਹਾਂ। ਗਿੱਲ ਸਾਹਿਬ ਨੇ ਡਬਲ ਅਹਿਸਾਨ ਲਾਇਆ ਮੇਰੇ 'ਤੇ, ਕਿਉਂਕਿ ਮੈਂ ਡਰਾਈਵਿੰਗ ਨਹੀਂ ਜਾਣਦਾ, ਇਸ ਕਰਕੇ ਇਹ ਮੈਨੂੰ ਲਈ ਫਿਰਦੇ ਨੇ। ਅਸੀਂ ਉੱਦਣ ਦੇ ਹੀ ਡਟੇ ਹੋਏ ਹਾਂ, ਅਤੇ ਮੈਂ ਆਪਣੀ ਜ਼ਿੰਦਗੀ ਐਂ ਸਮਝਦਾ ਵੀ ਹੁਣ ਇਹ ਅਰਥ ਲੱਗ ਰਹੀ ਹੈ। ਨਹੀਂ, ਇੱਥੇ ਘਰ ਵਿੱਚ ਬੈਠ ਕੇ ਚੁੱਪ ਕੀਤਿਆਂ ਕਰਕੇ ਚੁੱਪ ਕੀਤੇ ਚਲੇ ਜਾਣਾ ਸੀ। ਹੁਣ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਖਾਤਰ ਇੱਕ ਪ੍ਰੇਰਨਾ ਛੱਡ ਕੇ ਜਾ ਰਹੇ ਹਾਂ ਵੀ ਕਿ ਅਸੀਂ ਜਦ 84 85 ਸਾਲ ਦੇ ਵੀ ਆਹ ਕੰਮ ਕਰ ਸਕਦੇ ਹਾਂ। ਉਹ ਮੁੰਡਿਆਂ ਦੇ ਤਾਂ ਬਹੁਤ ਐਨਰਜੈਟਿਕ ਹੈ, ਔਰ ਉਹਨਾਂ ਨੂੰ ਪਿਰਤ ਪਾ ਚੱਲੇ ਹਾਂ ਵੀ ਆਹ ਇੰਨਾ ਕੁਛ ਕਰਿਆ, ਅਸੀਂ ਹੁਣ ਅੱਗੇ ਇਹਨੂੰ ਤੁਸੀਂ ਖੜਨ ਨਹੀਂ ਦੇਣਾ, ਇਹਨੂੰ ਤੋਰ ਕੇ ਰੱਖਣਾ, ਬਹੁਤ ਐਨਰਜੀ ਨਾਲ ਇਹਨੂੰ ਕਰਨਾ, ਤਾਂ ਕਿ ਅਸੀਂ ਸਾਡੇ ਦੇਖਦੀ ਮੁੰਡੇ ਸਰਗਰਮ ਹੋਣ, ਔਰ ਅਸੀਂ ਦੇਖੀਏ ਵੀ ਜੋ ਅਸੀਂ ਪਿਰਤ ਪਾਈ ਸੀ ਉਹਨੂੰ ਮੱਠੀ ਨਹੀਂ ਪੈਣ ਦਿੱਤਾ। ਸੋ ਇੰਨੀ ਗੱਲ ਕਹਿ ਕੇ ਮੈਂ ਆਪਣੀ ਗੱਲ ਸਮਾਪਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਜਸ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਕਰਦਾ, ਜਿਨ੍ਹਾਂ ਨੇ ਉਚੇਚਾ ਟਾਈਮ ਦੇ ਕੇ ਸਾਨੂੰ ਨਿਵਾਜਿਆ, ਅਤੇ ਉਸ ਤੋਂ ਵੱਧ ਮੈਂ ਸਤਿਕਾਰ ਕਰਦਾ ਸੀਨੀਅਰ ਸਿਟੀ ਜਿਹੜੇ ਸੀਨੀਅਰ ਪੀਪਲ ਨੇ, ਇੰਡੀਅਨ ਅਮੈਰੀਕਨ ਸੀਨੀਅਰ ਸੁਸਾਇਟੀ ਦੇ ਮੈਂਬਰ, ਅਤੇ ਜਿਹੜੇ ਹੋਰ ਪਿਆਰ ਕਰਨ ਵਾਲੇ ਲੋਕ ਨੇ, ਭਾਈ ਸਮਰਾ ਜੀ, ਸਾਰੀ ਫੈਮਿਲੀ, ਦਿਓਲ ਸਾਹਿਬ, ਇਹਨਾਂ ਸਾਰਾ ਪਰਿਵਾਰ, ਗਿੱਲ ਸਾਹਿਬ, ਬਿੰਨ ਸਾਹਿਬ ਦਾ ਬਹੁਤ ਧੰਨਵਾਦ ਹੈ। ਇਹਨਾਂ ਨੇ ਜਿਹੜੇ ਹੈਗੇ ਆ ਤਾਕੀਆਂ ਫਰੀ ਲਵਾ ਰਹੇ ਨੇ ਸਾਨੂੰ, ਬਹੁਤ ਵੱਡੀ ਇਹਨਾਂ ਦੀ ਹੈਗੀ ਹੈ। ਅਤੇ ਆਪਣੇ ਨਾਗਰਾ ਸਾਹਿਬ ਸਾਨੂੰ ਜਿਹੜੇ ਹੈਗੇ ਹੈ ਸਾਨੂੰ ਐਡਵਾਈਸ ਦਿੰਦੇ ਨੇ, ਸਾਰੇ ਲੀਗਲ ਐਡਵਾਈਸ, ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਢੇਸੀ ਸਾਹਿਬ ਦੇ ਸਾਰੇ ਸੱਚੇ ਪਾਤਸ਼ਾਹ ਦੇ, ਇਹਨਾਂ ਦੀ ਬੜੀ ਕਿਰਪਾ ਹੈਗੀ ਹੈ, ਇਹਨਾਂ ਦੀ ਜਿਹੜੇ ਹੈਗੇ ਆ ਸਾਨੂੰ ਇਹਨਾਂ ਦੀ ਗਾਈਡੈਂਸ 'ਤੇ, ਇਹੀ ਸਾਡੇ ਜਿਹੜੇ ਰਿੰਗ ਲੀਡਰ ਨੇ ਸਾਡੇ ਜਿਹੜੇ ਹੈਗੇ ਆ ਸਾਨੂੰ ਗਾਈਡ ਕਰ ਰਹੇ ਨੇ। ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਆਉਣ ਵਾਲੇ ਸਮੇਂ ਵਿੱਚ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੇ ਮਿਲ ਕੇ ਜਿਹੜੇ ਹੈਗੇ ਆ ਇਸੇ ਤਰ੍ਹਾਂ ਹੀ, ਵੀ ਆਰ ਵਨ, ਵੀ ਲਵ ਈਚ ਅਦਰ, ਵੀ ਲਵ ਆਵਰ ਕਮਿਊਨਿਟੀ, ਵੀ ਪ੍ਰੇਅਰ ਫਾਰ ਦ ਗੁੱਡ ਵਿਸ਼। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਥੇ ਜਸ ਟੀਮ ਜਿਹੜੀ ਇੱਥੇ ਆਈ ਆ ਸਾਨੂੰ ਆ ਕੇ ਜਿਨ੍ਹਾਂ ਨੇ ਟਾਈਮ ਦਿੱਤਾ ਜੀ, ਅਸੀਂ ਇਹਨਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਹਾਂ। ਅਤੇ ਅਸੀਂ ਆਹ ਜਿਹੜਾ ਸੀਨੀਅਰ ਸੁਸਾਇਟੀ ਦਾ ਪ੍ਰੋਜੈਕਟ ਆ, ਇਹਦੀ ਅਸੀਂ ਜਿਹੜਾ ਕੰਮ ਕੀਤਾ, ਅਸੀਂ ਇਹ ਜਾਣੀਦੀ ਐਵੇਂ ਨਹੀਂ ਬਈ ਟਰੈਕਟਰਾਂ ਦਾ ਸੀਗਾ, ਟਰੈਕਟਰਾਂ ਵਾਲਾ ਕੰਮ ਸੀ, ਅਸੀਂ ਆ ਮੇਰਾ ਇੱਧਰਲੇ ਪਾਸੇ ਟਰੈਕਟਰ ਖੜ੍ਹਾ, ਆਹ ਸਮਰਾ ਸਾਹਿਬ ਦਾ ਖੜ੍ਹਾ, ਪਰ ਇਹ ਗਿੱਲ ਸਾਹਿਬ ਦਾ ਖੜ੍ਹਾ, ਇਹ ਸਾਰੇ ਟਰੈਕਟਰ ਜਾਣੀਦੀ ਅਸੀਂ ਕਿਹਾ ਵੀ ਇੱਥੇ ਵੀ ਘਰ ਵੀ ਖੜ੍ਹੇ ਆ, ਜਾ ਕੇ ਬਾਹ ਕੇ ਜ਼ਮੀਨ ਤਿਆਰ ਕਰੀ ਅਸੀਂ, ਇਹ ਕਾਫੀ ਹੰਬੜਾ ਮਾਰ ਚੁੱਕੇ ਹਾਂ ਹੁਣ। ਬਾਕੀ ਹੁਣ ਬਿਲਡਿੰਗ ਸਾਡੀ ਪਹਿਲਾਂ ਦੀ ਸਟਾਰਟ ਆ, ਅਤੇ ਬਿਲਡਿੰਗ ਬਾਕੀ ਬਣ ਰਹੀ ਆ। ਇਹਦੇ ਅਸੀਂ ਇਹ ਕਹਿੰਦੇ ਹਾਂ ਵੀ ਜਿਹੜਾ ਕੰਮ ਕਰਨਾ ਰਲ ਕੇ ਆਪਣੀ ਕਮਿਊਨਿਟੀ ਕੁਛ ਨਾ ਕੁਛ ਹੁਣ ਇੱਥੇ ਕਰਕੇ ਦਿਖਾਵੇ ਤਾਂ ਚੰਗੀ ਗੱਲ ਆ, ਅਤੇ ਜਿਹਦੇ ਵਿੱਚ ਸਾਨੂੰ ਬਾਹਲਾ ਵੱਡਾ ਹੰਗਾਰਾ ਮਿਲ ਰਿਹਾ, ਹਰ ਇੱਕ ਸਾਡੇ ਨਾਲ ਜੁੜ ਰਿਹਾ, ਅਤੇ ਅਸੀਂ ਇਸ ਗੱਲ ਦੇ ਨਾਲ ਬਹੁਤ ਹੀ ਜ਼ਿਆਦਾ ਖੁਸ਼ੀ ਹਾਂ। ਅਤੇ ਸਮਰਾ ਸਾਹਿਬ ਹੁਣਾਂ ਨੇ ਤਾਂ ਜਾਣਦੇ ਸਾਨੂੰ ਇਹੋ ਜਿਹੀ ਸਪਿਰਟ ਬਖਸ਼ਤੀ ਨਾ ਜਿਹਦੇ ਨਾਲ ਅਸੀਂ ਪੂਰੇ ਹੀ ਕਾਇਮ ਹੋ ਗਏ। ਇਹਨੇ ਆਹ ਸਾਰਾ ਕੰਮ ਜਿਹੜਾ ਹੋਣਾ ਦਿਸਦਾ ਇਹ ਇਹਨਾਂ ਦੀ ਬਦੌਲਤ ਹੀ ਮੰਨੋ ਕਿ ਇਹਨਾਂ ਨੇ ਮੂਹਰੇ ਆ ਕੇ ਅੜ ਕੇ, ਤਾਂ ਅਸੀਂ ਜਦੇ ਨਾਲ ਹੀ ਇਹਨਾਂ ਦੇ ਖੜ੍ਹੇ ਹੋ ਗਏ। ਅਤੇ ਹੋਰ ਅਸੀਂ ਕੋਈ ਇੰਨਾ ਜ਼ਿਆਦਾ ਨਹੀਂ ਵੀ ਮੈਂ ਜ਼ਿਆਦਾ ਰਿਪੀਟ ਕਰ ਸਕਦਾ, ਕਿਉਂਕਿ ਬਸ ਅਤੇ ਮੈਂ ਸਾਰਿਆਂ ਦਾ ਜਿਹੜੇ ਵੀ ਸਾਡੇ ਸੀਨੀਅਰ ਇੱਥੇ ਆਏ ਹੋਏ ਨੇ ਜਾਂ ਹੋਰ ਵੀ, ਅਸੀਂ ਉਹਨਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਨ੍ਹਾਂ ਲੋਕਾਂ ਨੇ ਸਾਨੂੰ, ਜਿਵੇਂ ਹੁਣ ਗਿਆਨ ਨੂੰ ਸ਼ਿਕਾਗੋ ਗਏ ਅਤੇ ਇੱਥੇ ਗਏ, ਤਾਂ ਇਹ ਸਾਰਾ ਜਿਹੜਾ ਪੈਸਾ ਦਿੱਤਾ ਉਹ ਪੈਸੇ ਨਾਲ ਹੀ ਸਾਰੀ ਗੱਡੀ ਤਾਂ ਰੁੜ ਰਹੀ ਆ, ਇਹ ਵੈਸੇ ਐਵੇਂ ਤਾਂ ਹੈ ਨਹੀਂ ਗਾ ਜੇ ਕਹਿ ਦੀਏ ਬਿਨਾਂ ਮਾਇਆ ਤੋਂ ਕੋਈ ਕੰਮ ਹੁੰਦਾ। ਅਤੇ ਸਾਨੂੰ ਸਾਰੇ ਪਾਸੋਂ ਚੰਗਾ ਹੰਗਾਰਾ ਮਿਲਦਾ ਜੀ, ਅਸੀਂ ਇਹ ਬਣ ਵੀ ਰਿਹਾ, ਅਤੇ ਨਾਲ ਗੁਰੂ ਘਰ ਆ, ਗੁਰੂ ਘਰ ਦੇ ਨਾਲ ਇਹ ਕਮਿਊਨਿਟੀ 'ਚ ਪ੍ਰੋਜੈਕਟ ਬਣ ਗਿਆ, ਇਹ ਬਹੁਤ ਹੀ ਚੰਗੀ ਚੀਜ਼ ਹੋਊਗੀ। ਅਤੇ ਅੱਗੇ ਤੋਂ ਅਸੀਂ ਕਹਿੰਦੇ ਹਾਂ ਵਾਹਿਗੁਰੂ ਇਵੇਂ ਹੀ ਸਾਨੂੰ ਤਰੱਕੀ ਦਿੰਦਾ ਜਾਵੇ, ਅਤੇ ਅਸੀਂ ਬਹੁਤ ਦਾ ਬਹੁਤ ਹੋਰ ਕੁਛ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਅਸੀਂ ਧੰਨਵਾਦੀ ਹਾਂ ਰਿਆੜ ਸਾਹਿਬ ਦੇ, ਜਸ ਪੰਜਾਬੀ ਦੇ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ।
ਸਾਡੀ ਕਮਿਊਨਿਟੀ ਦਾ ਜਿਹੜਾ ਉਹ ਪਾਰਟ ਬਣੇ ਆ। ਅਤੇ ਮੈਨੂੰ ਅੱਜ ਤੱਕ ਯਾਦ ਹੈ ਜਦੋਂ ਫਸਟ ਟਾਈਮ ਹਰਦੇਵ ਸਿੰਘ ਜੀ ਗਿੱਲ ਅਤੇ ਧਾਮੀ ਸਾਹਿਬ ਮੇਰੇ ਆਫਿਸ ਆਏ ਸੀ ਇਹ ਆਈਡੀਆ ਲੈ ਕੇ, ਅਤੇ ਫਸਟ ਟਾਈਮ ਅਸੀਂ ਇਹਨਾਂ ਦੀ ਕਾਰਪੋਰੇਸ਼ਨ ਬਣਾਈ ਸੀ ਅਤੇ ਇੱਕ ਛੋਟਾ ਜਿਹਾ ਸੁਪਨਾ ਸੀ ਸਾਡਾ, ਅਤੇ ਲੇਕਿਨ ਅੱਜ ਮੈਨੂੰ ਲੱਗਦਾ ਹੈ ਕਿ ਹੌਲੀ ਹੌਲੀ ਇਹ ਸਾਕਾਰ ਹੁੰਦਾ ਨਜ਼ਰ ਆ ਰਿਹਾ। ਅਤੇ ਪਿੱਛੇ ਤੁਸੀਂ ਮੇਰੇ ਦੇਖ ਰਹੇ ਹੋ ਇੱਕ ਕਮਿਊਨਿਟੀ ਸੈਂਟਰ ਹੈ ਜਿਹੜਾ ਕਿ ਅਸੀਂ ਲਾਸਟ ਈਅਰ ਖਰੀਦਿਆ ਸੀਗਾ, ਅਤੇ ਇਹਨੂੰ ਹੌਲੀ ਹੌਲੀ ਹੁਣ ਰੈਨੋਵੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਮੈਨੂੰ ਲੱਗਦਾ ਹੈ ਕਿ ਸਾਰੇ ਭਰਾਵਾਂ ਦੇ ਉਪਰਾਲੇ ਦੇ ਨਾਲ, ਸਾਰੀ ਕਮਿਊਨਿਟੀ ਦੇ ਉਪਰਾਲੇ ਦੇ ਨਾਲ ਹੌਲੀ ਹੌਲੀ ਅਸੀਂ ਸਕਸੈਸਫੁਲ ਹੋਵਾਂਗੇ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੀਅਨ ਅਮੈਰੀਕਨ ਸੀਨੀਅਰ ਸੁਸਾਇਟੀ ਦੇ ਸਾਰੇ ਹਾਜ਼ਰ ਮੈਂਬਰ ਸਾਹਿਬਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਜਸ ਪੰਜਾਬੀ ਦੀ ਸਾਰੀ ਟੀਮ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਸਮਾਂ ਕੱਢਿਆ ਅਤੇ ਇੰਡੀਅਨ ਅਮੈਰੀਕਨ ਸੀਨੀਅਰ ਸੁਸਾਇਟੀ ਦੇ ਕੀ ਕਾਰਵਾਰ ਹਨ ਉਹਨਾਂ ਬਾਰੇ ਪਬਲਿਕ ਨੂੰ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ। ਸੋ ਮੇਰੇ ਤੋਂ ਪਹਿਲਾਂ ਸਾਡੇ ਨਿਰੰਜਣ ਸਿੰਘ ਢੇਸੀ ਉਹਨਾਂ ਨੇ ਬੜੇ ਵਿਸਥਾਰਪੂਰਵਕ ਦੱਸਿਆ ਕਿ ਇਸ ਸੰਸਥਾ ਦਾ ਕੀ ਮਤਲਬ ਹੈਗਾ। ਮੈਂ ਆਪ ਨੂੰ ਜਾਣੂ ਕਰਾਉਣਾ ਚਾਹੁੰਦਾ ਹਾਂ ਕਿ ਇਸ ਸੰਸਥਾ ਦਾ ਬੇਸਿਕ ਪਰਪਸ ਇਹ ਹੈ ਕਿ ਅਸੀਂ ਪੰਜਾਬੀ ਵਿਰਸਾ ਜਿਹੜਾ ਹੈਗਾ ਉਸ ਨੂੰ ਜੀਂਦਾ ਰੱਖਣਾ, ਉਸ ਨੂੰ ਸੰਭਾਲਣਾ, ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਇਹੋ ਜਿਹਾ ਕਮਿਊਨਿਟੀ ਸੈਂਟਰ ਹੋਵੇਗਾ ਜਿਹੜਾ ਉਹਨਾਂ ਨੂੰ ਸਾਰੀਆਂ ਸਾਡੀਆਂ ਜਿਹੜੀਆਂ ਹੈਗੀਆਂ ਨੇ ਰਸਮਾਂ ਤੋਂ ਜਾਣੂ ਕਰਵਾਊਗਾ। ਹਰ ਕਿਸਮ ਦੀ ਟ੍ਰੇਨਿੰਗ ਦਿੱਤੀ ਜਾਊਗੀ, ਸੀਨੀਅਰ ਬੰਦਿਆਂ ਨੂੰ ਕੁਛ ਗਾਈਡੈਂਸ ਇੱਥੇ ਆ ਕੇ ਕੀ ਕਰਨਾ, ਕਿਵੇਂ ਕਰਨਾ, ਕਿਵੇਂ ਰਹਿਣਾ, ਅਤੇ ਛੋਟੇ ਬੱਚਿਆਂ ਨੂੰ ਕਿਵੇਂ ਪੋਲੀਟਿਕਸ ਦੇ ਵਿੱਚ ਆਉਣਾ, ਕਿਵੇਂ ਤੁਸੀਂ ਪੜ੍ਹਾਈ ਕਰਨੀ ਹੈ, ਕਿਵੇਂ ਤੁਸੀਂ ਆਪਣੀ ਜਿਹੜੇ ਹੈਗੇ ਨੇ ਸੱਭਿਆਚਾਰਕ ਵਿਰਸਿਆਂ ਦੇ ਨਾਲ ਜੁੜੇ ਰਹਿਣਾ ਹੈਗਾ। ਇਹ ਸਭ ਤੋਂ ਮਹੱਤਵਪੂਰਨ ਗੱਲ ਹੈ। ਔਰ ਜਿੰਨੇ ਵੀ ਸਾਡੇ ਜਿਹੜੇ ਰਸਮੋ ਰਿਵਾਜ ਦੇ ਮੇਲੇ, ਗਿੱਧੇ, ਤੀਆਂ, ਦੁਸਹਿਰੇ ਅਤੇ ਦਿਵਾਲੀ, ਇਸ ਤਰ੍ਹਾਂ ਦੀਆਂ ਜਿਹੜੇ ਸਾਰੇ ਸਾਡੇ ਰਸਮਾਂ ਹੈ ਇਹ ਇਸ ਜਗ੍ਹਾ ਦੇ ਉੱਤੇ ਮਨਾਈਆਂ ਜਾਇਆ ਕਰਨਗੀਆਂ। ਅਤੇ ਇੱਥੇ ਆ ਜਿਹੜਾ ਗਰਾਊਂਡ ਤੁਸੀਂ ਦੇਖ ਰਹੇ ਹੋ ਇਹ ਇਸ ਮੰਤਵ ਦੇ ਨਾਲ ਬਣਾਇਆ ਗਿਆ ਹੈ ਕਿ ਆਉਣ ਵਾਲੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਬੱਚਿਆਂ ਨੂੰ ਇੱਥੇ ਖੇਡਾਂ ਦੀ ਟ੍ਰੇਨਿੰਗ ਦਿੱਤੀ ਜਾ ਸਕੇ। ਤੁਸੀਂ ਆ ਸਾਹਮਣੇ ਪਿਆ ਇੱਕ ਢੇਰ ਦੇਖਦੇ ਹੋਵੋਗੇ, ਜਿਹੜੇ ਪੱਥਰ ਹੀ ਪੱਥਰ ਪਏ ਨੇ, ਇਹ ਸਾਰੇ ਬਜ਼ੁਰਗ ਜਿਹੜੇ 60-65 ਸਾਲ ਦੀ ਉਮਰ ਤੋਂ ਵੱਧ ਨੇ ਉਹਨਾਂ ਨੇ ਆਪਣੀ ਮਿਹਨਤ ਕਰਕੇ ਇਹਨਾਂ ਨੂੰ ਜੁਦਾ ਕੀਤਾ ਹੈਗਾ। ਅਤੇ ਨਾਲ ਫਿਰ ਸਾਡੇ ਵੇਖਦੇ ਹੋ ਤੁਸੀਂ ਸਮਰਾ ਸਾਹਿਬ ਅਤੇ ਸਾਡੇ ਹੋਰ ਨੌਜਵਾਨ ਮੁੰਡੇ ਜਿਨ੍ਹਾਂ ਨੇ ਜਗਦੇਵ ਸਿੰਘ ਵਗੈਰਾ ਜਿਨ੍ਹਾਂ ਨੇ ਯੋਗਦਾਨ ਪਾਇਆ ਇਸ ਸਾਰੀ ਜਗ੍ਹਾ ਨੂੰ ਪਲੇਨ ਕਰਨ ਦਾ। ਸੋ ਇਸ ਤਰੀਕੇ ਮੈਂ ਆਪ ਜੀ ਨੂੰ ਜਾਣੂ ਕਰਾਉਂਦਾ ਹਾਂ ਕਿ ਅਸੀਂ ਹਰ ਤਰ੍ਹਾਂ ਦੇ ਆਪਣੇ ਵਿਰਸੇ ਨੂੰ ਜਿਉਂਦਾ ਰੱਖਣ ਵਾਸਤੇ ਇਸ ਸੰਸਥਾ ਦੇ ਵਿੱਚ ਇਹ ਕਮਿਊਨਿਟੀ ਸੈਂਟਰ ਨੂੰ ਬਣਾਇਆ ਹੈ। ਸੋ ਇੰਨਾ ਕਹਿੰਦਾ ਹੋਇਆ ਮੈਂ ਖਿਮਾ ਦਾ ਜਾ ਚੁੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਸਾਰੇ ਬਜ਼ੁਰਗਾਂ ਨੇ ਤੁਹਾਨੂੰ ਜਾਣੂ ਕਰਵਾ ਹੀ ਦਿੱਤਾ ਆ ਵੀ ਜਿਹੜੀ ਅਮੈਰੀਕਨ ਇੰਡੀਅਨ ਅਮੈਰੀਕਨ ਸੀਨੀਅਰ ਸੁਸਾਇਟੀ ਦੀ ਜਿਹੜੀ ਇਹਨਾਂ ਨੇ ਜਗ੍ਹਾ ਲਈ ਹੈਗੀ ਆ ਉਹਦੇ ਬਾਰੇ, ਉਹਦੇ ਵਿੱਚ ਕੀ ਕਰਨਾ ਹੈਗਾ ਆ। ਸਭ ਤੋਂ ਪਹਿਲਾਂ ਸਾਡੇ ਪ੍ਰੋਫੈਸਰ ਨਰਿੰਦਰ ਸਿੰਘ ਢੇਸੀ ਅਤੇ ਹੋਰ ਜਿੰਨੇ ਵੀ ਸਾਡੇ ਸੀਨੀਅਰ ਬਜ਼ੁਰਗ ਸਾਹਿਬਾਨ ਉਹਨਾਂ ਨੇ ਦੱਸਿਆ ਹੈਗਾ ਆ। ਇਹ
ਬਾਕੀ ਇਸ ਤਰ੍ਹਾਂ ਹੈਗਾ ਵੀ ਜਿਹੜੀ ਇਹ ਬਿਲਡਿੰਗ ਲਈ ਸੀਗੀ ਬੜੀ ਮਤਲਬ ਪੁਰਾਣੀ ਜਿਹੀ ਬਿਲਡਿੰਗ ਸੀਗੀ, ਜਗ੍ਹਾ ਬੜੀ ਵਧੀਆ ਨਹੀਂ ਸੀਗੀ, ਜਿਹਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਵੀ ਸ਼ਾਇਦ ਇਹ ਜਗ੍ਹਾ ਵੀ ਕਲੀਨ ਵੀ ਨਾ ਹੋ ਸਕੇ। ਕਲੀਨ ਤਾਂ ਚਲੋ ਜਿੱਥੇ ਆਪਾਂ ਵਰਕ ਕਰਦੇ ਹਾਂ ਹੋਈ ਜਾਂਦੀ ਆ, ਹੈ ਨਾ, ਕਿਉਂਕਿ ਵੱਡੀ ਗੱਲ ਇਹ ਸੀਗੀ ਕਿ ਬਜ਼ੁਰਗ ਬੜੇ ਸਿਆਣੇ 65-70 ਸਾਲ ਦੇ ਬਜ਼ੁਰਗ ਜਿਹੜੇ ਆਪ ਹੀ ਇੱਟਾਂ ਪੱਥਰ ਰੋੜੇ ਇਸ ਜਗ੍ਹਾ ਦੇ ਵਿੱਚੋਂ ਇਕੱਠੇ ਕਰ ਰਹੇ ਸੀਗੇ, ਇਹਨਾਂ ਨੂੰ ਬਹੁਤਾ ਜ਼ਿਆਦਾ ਮਤਲਬ ਜਿੰਨਾ ਕਮਿਊਨਿਟੀ ਦਾ ਸਹਿਯੋਗ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਰਿਹਾ ਸੀਗਾ। ਅਤੇ ਲੇਕਿਨ ਥੋੜ੍ਹਾ ਜਿਹਾ ਸਮਾਂ ਪਾ ਕੇ ਚਲੋ ਕਮਿਊਨਿਟੀ ਦੀ ਮਦਦ ਦੇ ਨਾਲ ਹੀ ਇਹ ਜਿਹੜਾ ਸਾਰਾ ਕੰਮ ਨਿਪਰੇ ਚੜ੍ਹ ਰਿਹਾ ਹੈਗਾ ਆ। ਹੁਣ ਵੀ ਇਹਨਾਂ ਨੇ ਇੱਥੇ ਮਿੱਟੀ ਵਗੈਰਾ ਸਟਾਈ ਹੈਗੀ ਆ। ਆ ਮੇਰੇ ਨਾਲ ਭਾਈ ਗੁਰਮੀਤ ਸਿੰਘ ਜੀ ਅਤੇ ਸਾਡੇ ਵੀਰ ਲੱਕੀ, ਹੋਰ ਆਪਣੇ ਸਾਡੇ ਅੰਕਲ ਹੈਗੇ ਨੇ ਦਿਓਲ ਸਾਹਿਬ, ਉਹਨਾਂ ਦੇ ਪੁੱਤਰ, ਅਤੇ ਸਿੱਧੂ ਸਾਹਿਬ, ਰਾਣਾ ਸਿੱਧੂ ਜੀ, ਇਹਨਾਂ ਨੇ ਸਾਰਿਆਂ ਨੇ ਰਲ ਕੇ ਬੜੀ ਮਿਹਨਤ ਕਰਾਈ ਹੈਗੀ ਆ ਇੱਥੇ, ਅਤੇ ਜਿਹੜੀ ਜਗ੍ਹਾ ਨੂੰ ਪੱਧਰਾ ਕੀਤਾ ਗਿਆ ਹੈਗਾ ਆ। ਅਤੇ ਮੈਂ ਤਾਂ ਜੋ ਵੀ ਸਾਡੇ ਮਾਈ ਭਾਈ ਸੁਣਦੇ ਨੇ, ਮੈਂ ਤਾਂ ਉਹਨਾਂ ਨੂੰ ਇਹੋ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਜੋ ਵੀ ਤਿਲ ਫੁੱਲ ਅਸੀਂ ਇੱਥੇ ਸੇਵਾ ਦੇ ਸਕਦੇ ਹਾਂ, ਜੋ ਹੱਥੀਂ ਆ ਕੇ ਸੇਵਾ ਕਰ ਸਕਦੇ ਹਾਂ, ਜੇ ਹੱਥੀਂ ਨਹੀਂ ਕਰ ਸਕਦੇ ਚਲੋ ਪੈਸੇ ਜ਼ਿਆਦਾ ਜ਼ਰੂਰਤ ਨਹੀਂ ਦੇਣ ਦੀ ਵੀ ਬਹੁਤ ਜ਼ਿਆਦਾ ਦਿੱਤੇ ਜਾਣ, ਜੇਕਰ ਅਸੀਂ ਰਲ ਕੇ ਥੋੜ੍ਹੇ ਥੋੜ੍ਹੇ ਪੈਸੇ ਵੀ ਪਾਈਏ ਤਾਂ ਵਧੀਆ ਜਗ੍ਹਾ ਬਣ ਸਕਦੀ ਆ, ਕਿਉਂਕਿ ਇਕੱਲੇ ਬਜ਼ੁਰਗਾਂ ਦੇ ਵੱਸ ਦੀ ਗੱਲ ਨਹੀਂ। ਹੁਣ ਦੇਖੋ ਕਈ ਵਾਰੀ ਅਸੀਂ ਕੋਈ ਕਲਚਰਲ ਪ੍ਰੋਗਰਾਮ ਕਰਾਉਂਦੇ ਹਾਂ ਬਾਹਰ, ਕੋਈ ਗਾਉਣ ਵਜਾਉਣ ਵਾਲਿਆਂ ਦਾ ਪ੍ਰੋਗਰਾਮ ਕਰਾਉਂਦੇ ਹਾਂ, $50,000, $100,000, $1.5 crore, $1.5-2 lakh ਅਸੀਂ ਲਾਉਂਦੇ ਹਾਂ, ਚਲੋ ਉਹ ਬਹੁਤ ਵਧੀਆ ਗੱਲ ਆ, ਉਹ ਪ੍ਰੋਗਰਾਮ ਹੁੰਦੇ ਆ, ਪਰ ਦੇਖੋ ਇਹ ਜਿਹੜੀ ਜਗ੍ਹਾ ਆ, ਜਦੋਂ ਇੱਥੇ $1.5-2 lakh ਇਸ ਜਗ੍ਹਾ ਦੇ ਉੱਤੇ ਤੁਸੀਂ ਲਾਓਗੇ, ਇੱਕ ਅੱਧਾ ਪ੍ਰੋਗਰਾਮ ਅਸੀਂ ਕੈਂਸਲ ਕਰਕੇ ਕਿਉਂ ਨਹੀਂ ਇਹੋ ਜਿਹੀ ਜਗ੍ਹਾ ਦੇ ਉੱਤੇ ਲਾਉਂਦੇ, ਇਹ ਸਾਡੀ ਸਾਰੀ ਉਮਰ ਕੰਮ ਆਉਣੀ ਹੈਗੀ ਆ। ਜੇਕਰ ਹੁਣ ਆਪਾਂ ਕਹੀਏ ਕਿ ਤੇ ਬਜ਼ੁਰਗਾਂ ਨੇ ਆਪਣੇ ਵਾਸਤੇ ਥੋੜ੍ਹੀ ਬਣਾ ਰਹੇ ਹੈਗੇ ਆ, ਇਹ ਬਜ਼ੁਰਗ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੁਛ ਨਾ ਕੁਛ ਛੱਡ ਕੇ ਜਾਣਾ ਚਾਹੁੰਦੇ ਨੇ। ਬਸ ਮੇਰੀ ਤਾਂ ਇੱਕ ਇਹੋ ਹੀ ਬੇਨਤੀ ਆ ਆਖਰ ਦੇ ਵਿੱਚ ਵੀ ਸਾਨੂੰ ਰਲ ਮਿਲ ਕੇ ਕਮਿਊਨਿਟੀ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਆ। ਇੱਕ ਮੈਂ ਹੋਰ ਗੱਲ ਦੱਸ ਦੇਣੀ ਚਾਹੁੰਦਾ, ਕੁਛ ਇੱਕ ਦੋ ਕੁ ਬਜ਼ੁਰਗ ਮੈਨੂੰ ਇਹੋ ਜਿਹਾ ਵੀ ਮਿਲੇ ਜਿਹੜੇ ਕਿ ਕਹਿੰਦੇ ਅਸੀਂ ਕੰਮ ਕਰਨ ਲੱਗ ਪਏ ਹਾਂ। ਮੈਂ ਕਿਹਾ ਜੀ ਤੁਸੀਂ ਕੰਮ ਕਾਹਤੇ ਸ਼ੁਰੂ ਕਰ ਦਿੱਤਾ? ਉਹ ਕਹਿੰਦੇ ਜੀ ਸੰਸਥਾ ਦੇ ਲਈ ਪੈਸੇ ਚਾਹੀਦੇ ਨੇ। ਹੁਣ ਤੁਸੀਂ ਦੇਖੋ ਕਿਹੜੀ ਉਮਰ ਦੇ ਵਿੱਚ ਜਾ ਕੇ ਉਹ ਫਿਰ ਕੰਮ ਕਰਕੇ ਆਪਣੀ ਮਿਹਨਤ ਕਰਕੇ ਪੈਸਾ ਲਾਉਣਾ ਚਾਹੁੰਦੇ ਨੇ, ਉਹ ਕਈ ਵਾਰੀ ਮੰਗਣ ਤੋਂ ਵੀ ਸੰਕੋਚ ਕਰਦੇ ਨੇ। ਇਸ ਕਰਕੇ ਮੇਰੀ ਸਾਰਿਆਂ ਦੇ ਚਰਨਾਂ ਵਿੱਚ ਇਹੋ ਹੀ ਬੇਨਤੀ ਆ ਵੀ ਆਪਾਂ ਰਲ ਮਿਲ ਕੇ ਸਾਰੇ ਜੋ ਵੀ ਤਿਲ ਫੁੱਲ ਪਾ ਕੇ ਇਹਨਾਂ ਦੀ ਆਪਾਂ ਸਹਾਇਤਾ ਕਰੀਏ। ਇਹ ਇਹਨਾਂ ਦੇ ਲਈ ਨਹੀਂ, ਇਹ ਆਉਣ ਵਾਲੀ ਜਨਰੇਸ਼ਨ ਦੇ ਲਈ ਕੁਛ ਨਾ ਕੁਛ ਬਣਾ ਰਹੇ ਨੇ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਦਾ, ਇਸ ਜਗ੍ਹਾ ਦਾ ਕਮਿਊਨਿਟੀ ਨੂੰ ਬਹੁਤ ਹੀ ਫਾਇਦਾ ਹੋਊਗਾ। ਦਾਸ ਇੰਨਾ ਕੁਛ ਬੋਲਦਾ ਹੋਇਆ ਖੇਮਾ ਦਾ ਜਾਚਕਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਗਰਾਊਂਡ ਦੇ ਵਿੱਚੋਂ ਮੈਂ ਸ਼ਬਦ ਚੱਕਦਾ, ਮੈਨੂੰ ਉਹ ਚਰਨ ਮਹਿਸੂਸ ਹੋ ਗਏ ਨੇ ਜਿਨ੍ਹਾਂ ਥਾਵਾਂ ਦੇ ਵਿੱਚੋਂ, ਜਿਨ੍ਹਾਂ ਪੈਰਾਂ ਦੇ ਵਿੱਚੋਂ ਮੈਂ ਬਕਾਇਦਾ ਤੌਰ ਦੇ ਉੱਤੇ ਸ਼ਬਦ ਚੱਕਦਾ। ਇਹ ਸੱਚਮੁੱਚ ਮੇਰੀ ਆਸ਼ੀਰਵਾਦ ਹੈ, ਇਹ ਸੱਚਮੁੱਚ ਮੇਰਾ ਆਸ਼ਾ ਹੈ, ਇਹ ਸੱਚਮੁੱਚ ਮੇਰੀ ਦੁਆ ਹੈ, ਇਹ ਸੱਚਮੁੱਚ ਮੇਰੀ ਮੁਹੱਬਤ ਹੈ। ਮੈਂ ਬੱਚਿਆਂ ਦੇ ਵਿੱਚ ਬੱਚਾ, ਮੈਂ ਇਹਨਾਂ ਬਜ਼ੁਰਗਾਂ ਦੇ ਵਿੱਚ ਇੱਕ ਦੁਆ, ਜਿਹੜੇ ਮੈਨੂੰ ਹਰ ਵੇਲੇ ਦੁਆ ਦਿੰਦੇ ਨੇ, ਜਿਹੜੇ ਮੇਰੇ ਸਿਰ ਦੇ ਉੱਤੇ ਹੱਥ ਰੱਖਦੇ ਨੇ, ਜਿਹੜੇ ਮੈਨੂੰ ਆਸ਼ੀਰਵਾਦ ਦਿੰਦੇ ਨੇ। ਚਾਹੇ ਮੇਰੀ ਜ਼ਿੰਦਗੀ ਦਾ ਸਫ਼ਰ ਪ੍ਰੋਫੈਸਰ ਨਿਰੰਜਨ ਸਿੰਘ ਢੀਸੀ ਤੋਂ ਸ਼ੁਰੂ ਹੋਇਆ ਹੋਵੇ, ਜਿੱਥੋਂ
गुरमत काव्य की क्यारी की मैनू एक आड़ लगी होवे, जिथों मैनू सूफी काव्य का एक जाग लगा होवे, जिथों मैनू इन्ने बजुर्गों की एक आशा होवे, मैं समझांगा मैं कदे भी मर नहीं सकांगा। सचमुच पाश दे आखण वांग मैं वो घा हाँ जिहड़ा कदे भी खत्म नहीं हो सकेगा, जिस दी तिड़ किते ना किते जागदी ते जगदी रहेगी। आओ इच्छावां दे इस संसार दे विच्चों, इच्छावां दे इस संसार दे विच्चों और नाल दी नाल इच्छा दे इस संसार दे विच्चों घट्टो घट एक एक बाल्टी बजुर्गां दे आशे दे पानी दी लै के जरूर असी अपने आसे पासे ते खब्बल दे उत्ते सरकीए, जिथों आने वाले समय दे विच आने वाली पीढ़ियाँ आने वाली पनीरियाँ एक हरा भरा पंजाबी मां बोली पंजाबी जबान पंजाबी जिंदाबाद दा होका लैके आ सकन। और मैं अपनी जिंदगी दे विच ए आशा करना कि मैं सचमुच घा बन के बिछिया रवां इन्हां पैरां दे विच इन्हां चरणां दे विच और ए हमेशा उहदे उत्ते मैनूं तुर के रौंदलदे रहण ते मैनूं मेरे अपने आपे दा एहसास कराउंदे रहण। जय पंजाबी, जय जनता, जय पंजाबीयत। वाहिगुरु जी का खालसा, वाहिगुरु जी की फतेह।